ਤੇ ਇਸ ਤੋਂ ਬਾਅਦ ਆਪਾਂ ਅੱਗੇ ਨੂੰ ਚੱਲ ਗਏ ਜੀ ਮਾਮਲਾ ਵੈਸੇ ਤਾਂ ਮਾਮਲਾ ਇਹ ਕਿ ਐਨਡੀਪੀਐਸ ਨਾਲ ਜੁੜਿਆ ਹੋਇਆ ਮਿੰਟੂ ਜੀ ਆਪਾਂ ਉਹਦੀ ਗੱਲਬਾਤ ਕਰ ਲਗੇ ਤੇ ਨਾਲ ਦੀ ਨਾਲ ਬਾਈ ਸ਼ੇਅਰ ਕਰਕੇ ਮਾਨ ਸਾਹਿਬ ਤੱਕ ਵੀ ਪਹੁੰਚਾ ਦੇਵਾਂ ਆਈਡੀਆ ਠੀਕ ਹੈ ਜੀ ਮਿੰਟੂ ਜੀ ਵੈਸੇ ਤਾਂ ਗੱਲ ਇਹ ਵੀ ਕੱਲਾ ਨਸ਼ਾ ਪੁਲਿਸ ਨਾਲ ਜਾਂ ਇਹਨਾਂ ਨਾਲ ਨਹੀਂ ਜੁੜਿਆ ਹੋਇਆ ਸਰਕਾਰ ਨਾਲ ਵੀ ਜੁੜਿਆ ਹੁੰਦਾ ਸਿੱਧੇ ਤੌਰ ਦੇ ਉੱਤੇ ਤਾਂ ਹੁਣ ਗੱਲ ਇੱਥੇ ਆ ਕੇ ਖੜ ਜਾਂਦੀ ਸਾਰੀ ਕਿ ਕਿ ਵੀ ਮਾਨ ਸਾਹਿਬ ਦੇ ਉੱਤੇ ਆ ਕੇ ਗੱਲ ਜਾਣੀ ਹੈ ਬਿਸ਼ੱਕ ਠੀਕ ਹੈ ਕਿ ਡੀਜੀ ਸਾਹਿਬ ਦਾ ਜੱਜਾ ਹੈ ਆ ਪਰ ਹੁਣ ਅੱਗੇ ਮਾਨ ਸਾਹਿਬ ਕਿਵੇਂ ਹੱਲ ਕਰਨ ਇਸ ਮਸਲੇ ਸੈ अच्छा जी टी एसएसपी ਆਪਣੇ ਮੁਕਸਰ ਵਾਲੇ ਵੀ ਜਾ ਕੇ ਆਇਆ اچھا ਜੀ ਮਤਲਬ ਕਿ ਦਗੜ-ਦਗੜ ਕਿਤੇ ਇੱਕ ਪਾਸੇ ਦੀ ਹੋਈ ਪਤਾ ਨਹੀਂ ਸਵੇਰੇ ਇਹਨਾਂ ਨੇ ਘਰੋਂ ਕੋਈ ਦੋ ਬਰੈਡ ਖਾਦੇ ਵੀ ਹੈ ਕਿ ਨਹੀਂ ਕਿਉਂਕਿ ਹਾਈ ਕੋਰਟ ਨੇ ਕੱਲ ਕਹਿ ਕੇ ਭੜਕੇ ਭਈ ਇੱਥੇ ਹਾਜ਼ਰ ਮਿਲਨੇ ਚਾਹੀਦੇ ਤੇ ਅੱਜ ਸਾਜਰੇ ਡੀਜੀ ਸਾਹਿਬ ਉੱਠ ਉੱਠ ਕੇ ਤੇ ਉੱਥੇ ਹਾਜ਼ਰ ਸੀਗੇ ਕਹਿੰਦੇ ਪਹਿਲੇ ਤਾਂ ਮੰਗੋ ਮਾਫੀ ਫੇਰ ਕਰੋ ਅਗਲੀ ਗੱਲ ਹਾਂ ਜੀ ਕੋਰਟ ਹੈ ਜੀ ਜੀ ਕੋਰਟ ਦੀ ਤਾਕਤ ਬਹੁਤ ਹੈ ਜ਼ੋਰ ਜੀ ਏ ਇਹਡੀ ਵੱਡੀ ਤਾਕਤ ਆ ਜੀ ਗੱਲ ਇਹ ਆ ਕਿ ਕਾਨੂੰਨ ਆਪਣੇ ਹਿਸਾਬ ਨਾਲ ਜਦੋਂ ਕੰਮ ਕਰਦਾ ਨਾ ਜੀ 80 ਹਜ਼ਾਰ ਫੋਰਸ ਦਾ ਹੈਡ ਜੀ ਸੁਣੋ ਮੇਰੀ ਗੱਲ 80 ਹਜ਼ਾਰ ਦੀ ਫੋਰਸ ਜਿਸ ਬੰਦੇ ਦੇ ਮੁਤਾਬਕ ਕੰਮ ਕਰਦੀ ਆ ਉਹਨੂੰ ਇਹ ਕਿਹਾ ਗਿਆ ਕਿ ਸਾਜਰੇ ਮਿਲ ਤੇ ਸਵੇਰੇ ਪਤਾ ਨਹੀਂ ਦੋ ਬਰੈਡ ਖਾਦੇ ਆ ਕਿ ਨਹੀਂ جا ਕੇ ਖਲੋ ਗਿਆ ਤੇ ਫਿਰ ਕੋਰਟ ਦੀ ਤਾਕਤ ਵੇਖੋ ਆਖਿਆ ਕਿ ਮਾਫੀ ਮੰਗਾ ਜਾਨੀ ਜਿਹਨੂੰ 80000 ਫੋਰਸ ਸਲੂਟ ਮਾਰਦੀ ਆ ਕੋਰਟ ਕਹਿੰਦਾ ਕਿ ਮਾਫੀ ਮੰਗਾ ਇਹ ਆ ਕਾਨੂੰਨ ਦੀ ਤਾਕਤ ਜੀ ਜੇ ਕਾਨੂੰਨ ਆਪਣੇ ਸਹੀ ਪੈੰਤੜਿਆਂ ਤੇ ਆ ਜਾਵੇ ਨਾ ਬੁਰੀ ਕਰਦਾ ਇਹ ਗੁੱਠ ਚ ਖਲਾਰ ਦਿੰਦਾ ਹਾਈ ਕੋਰਟ ਦੇ ਚਾਹੇ ਤੁਸੀਂ ਕਵਰ ਕਰਨ ਵਾਲੇ ਪੱਤਰਕਾਰ ਹੀ ਕਿਉਂ ਨਾ ਹੋਵੋ ਚਾਹੇ ਤੁਸੀਂ ਥਾਣੇਦਾਰ ਹੀ ਕਿਉਂ ਨਾ ਹੋਵੋ ਸਾਰੀ ਦਿਹਾੜੀ ਕਹਿੰਦਾ ਕਿ ਉੱਥੇ ਖਲੋ ਜਾ ਹੱਥ ਖੜੇ ਕਰਕੇ ਇੱਕ ਵਾਰੀ ਮੈਨੂੰ ਵੀ ਖੜਾ ਕੀਤਾ ਸੀਗਾ ਪਰ ਥੋੜਾ ਘੰਟਾ ਡੇਢ ਘੰਟਾ ਹੀ ਇਹ ਬੋਲੀ ਨਾ ਉਹ ਚੁੰਡ ਚ ਲੱਗ ਜਾ ਬਸ ਖੜਾ ਰਹਿ ਸੀ ਜਾਚੀ ਬੜਾ ਸਾਫ ਦਾ ਸ਼ਾਇਦ ਫੌਜ ਚੋਂ ਆਏ ਸੀਗੇ ਜੀ ਮੱਝ ਦੁਜੇ ਹੈਗੇ ਮੱਝ ਤੋਂ ਸੀ ਓਹੋ ਹੋ ਹੋ ਮੈਂ ਤਾਂ ਫਿਰ ਜ਼ਿਆਦਾ ਹੀ ਕੁਛ ਮੂੜ ਚ ਸੀਗਾ ਤੇ ਉਹ ਬੋਲ ਬਾਲ ਪਿਆ ਚਲੋ ਚਲੋ ਪੁਰਾਣੀਆਂ ਗੱਲਾਂ ਨੇ ਜੀ ਹਾਂ ਜੀ ਤੇ ਗੱਲ ਇਹ ਆ ਕਿ ਇਹ ਤਾਕਤ ਆ ਮੈਂ ਤੁਹਾਨੂੰ ਅਹਿਸਾਸ ਕਰਵਾ ਰਿਹਾ ਕਿ ਤਾਕਤ ਕਿੰਨੀ ਵੱਡੀ ਚੀਜ਼ ਆ ਜਿਸ ਕਿਸੇ ਕੋਲ ਵੀ ਹੁੰਦੀ ਆ ਇੱਕ ਜੱਜ ਨੇ 80 ਹਜ਼ਾਰ ਦੀ ਫੋਰਸ ਦੇ ਹੈੱਡ ਨੂੰ ਕਿਹਾ ਕਿ ਮਾਫੀ ਮੰਗ ਤੇ ਕੱਲ ਨੂੰ ਆ ਕੇ ਜਵਾਬ-ਦਾਖਲ ਕਰ ਆ ਕਰੋਗੇ ਕਿ ਨਹੀਂ ਇਹ ਤਾਕਤ ਹੁੰਦੀ ਆ ਜ਼ੋਰ ਖੈਰ ਹੁਣ ਆਈਏ ਆਪਾਂ ਇਸ ਮਾਮਲੇ ਦੇ ਦੂਜੇ ਪੜਾਅ ਤੇ ਕਿ ਹੈ ਕੀ ਆ ਪਹਿਲਾਂ ਇਹ ਜਾਣ ਲਓ ਜੀ ਕਿ ਇਹ ਹੈ ਕੀ ਆ ਮਾਮਲਾ ਹੈ ਕੀ ਆ ਜੀ ਮੈਂ ਯਾਨੀ ਪੰਜਾਬ ਸਰਕਾਰ ਦੀ ਕਿਉਂਕਿ ਦੇਖੋ ਪੰਜਾਬ ਸਰਕਾਰ ਦੀ ਹੀ ਉੱਥੇ ਲਾਨਤ ਮਲਾਨਤ ਆ ਹੈ ਹਾਂਜੀ ਜੇ ਤੁਹਾਡਾ ਹਾਂਜੀ ਹੋਮ ਸੈਕਟਰੀ ਉੱਥੇ ਆ ਤੁਹਾਡੀ ਪੁਲਿਸ ਫੋਰਸ ਦਾ ਹੈੱਡ ਹੈ ਤਾਂ ਉਹ ਸਰਕਾਰ ਨੂੰ ਹੀ ਰਿਪਰੈਜ਼ੈਂਟ ਕਰਨਗੇ ਨਾ ਉੱਥੇ ਹਾਂਜੀ ਸਮਝਦੇ ਹੋ ਨਾ ਸਰਕਾਰ ਦਾ ਹਿੱਸਾ ਨੇ ਉਹ ਇਹ ਮਾਮਲਾ ਸ਼ੁਰੂ ਹੁੰਦਾ ਹੈ ਮੁਖ्तसर ਤੋਂ ਜੀ ਇੱਥੇ ਅਰਸ਼ਦੀਪ ਨਾਂ ਦਾ ਇਹਨਾਂ ਨੇ ਇੱਕ ਮਲਜ਼ਮ ਫੜਿਆ ਸੀਗਾ ਸਤੰਬਰ 2020 ਦੇ ਵਿੱਚ ਜਿਹਦਾ ਚਲਾਨ ਮੁਕਸਰ ਪੁਲਿਸ ਨੇ ਪੇਸ਼ ਕਰ ਦਿੱਤਾ ਫਰਵਰੀ 2021 ਚ ਉਸ ਕੇਸ ਦੇ ਵਿੱਚ ਬਣਾਏ ਗਏ ਸਨ 20 ਗਵਾਹ ਜਿਹੜੇ 20 ਗਵਾਹ ਸੀ ਉਹ ਸਾਰੇ ਦੇ ਸਾਰੀ ਸਨ ਸਰਕਾਰੀ ਉਹਨੇ ਜਾ ਕੇ ਹਾਈ ਕੋਰਟ ਦੇ ਵਿੱਚ ਬੇਲ ਮੰਗੀ ਜੀ ਹੁਣ ਮੈਂ ਤੁਹਾਨੂੰ ਕਈ ਦਿਨਾ ਤੋਂ ਕਹਿ ਰਿਹਾ ਕਿ ਹਾਈ ਕੋਰਟ ਨੇ ਆਉਣ ਵਾਲੇ ਸਮੇਂ 'ਚ ਬੰਦੇ ਨੀਜੇ ਛੱਡਣੇ ਛੇਤੀ ਕੀਤੇ ਆ ਬਹੁਤ ਸਖਤੀ ਕਰੇਗੀ ਆ ਗੱਲ ਉਹਦੇ ਨਾਲ ਹੀ ਜੋੜ ਲਾਓ ਜਦੋਂ ਉਹਨੇ ਜਾ ਕੇ ਜ਼ਮਾਨਤ ਮੰਗੀ ਕਿ ਮੇਰੀ ਤੇ ਜੀ ਇੰਨੀ ਹੋ ਗਈ ਹੈ ਹਿਰਾਸਤ ਕਸਟਡੀ ਹੋ ਗਈ ਮੈਨੂੰ ਜ਼ਮਾਨਤ ਦੇ ਦਿਓ ਹਾਈ ਕੋਰਟ ਹੁਣ ਹਾਈ ਕੋਰਟ ਤੇ ਜੱਜ ਆ ਹੀ ਤੇ ਤਾਂ ਹੀ ਤੋਂ ਹਾਈ ਕੋਰਟ ਦੇ ਜੱਜ ਨੇ ਨਾ ਉਹਨਾਂ ਕੁੰਡੀ ਫੜ ਲਈ ਉਹਨਾਂ ਕਿਹਾ ਕਿ ਦੇਖੋ ਜੀ ਗਵਾਹਾਂ ਤਾਂ ਹੋ ਨਹੀਂ ਰਹੀਆਂ ਹੁਣ ਗਵਾਹੀਆਂ ਤਾਂ ਅਨੰਤ ਕਾਲ ਤੱਕ ਨਾ ਹੋਣ ਤੇ ਕੀ ਮੈਂ ਉਦੋਂ ਤੱਕ ਅੰਦਰ ਹੀ ਰਹੂੰਗਾ ਉੱਥੇ ਜੱਜ ਨੇ ਕਿਹਾ ਰੋਕ ਦੇ ਹੁਣ ਸਾਰਾ ਕੁਝ ਇੱਥੇ ਮਾਰੋ ਬ੍ਰੇਕ ਉਹ ਵੀ ਹੈਂਡ ਬ੍ਰੇਕ ਹੁਣ ਇਹਨਾਂ ਨੂੰ ਸਦੋਂ ਪਹਿਲਾਂ ਹੈਂਡ ਬ੍ਰੇਕ ਫਿਰ ਚੱਕਾਂਗੇ ਪਹਿਲਾਂ ਇੱਥੇ ਬਲਾਓ ਬਈ ਤੁਸੀਂ ਜਦੋਂ ਚਾਰ ਸ਼ੀਟ ਫਾਈਲ ਕਰ ਦਿੱਤੀ ਫਰਵਰੀ 21 ਦੇ ਵਿੱਚ ਤੇ ਤੀਜਾ ਸਾਲ ਹੋਣ ਨੂੰ ਆ ਗਿਆ ਗਵਾਹੀਆਂ ਕਿੱਥੇ ਨੇ ਹੁਣ ਜਿਹੜੀ ਦੂਜੀ ਧਿਰ ਹੋਏਗੀ ਮੰਨ ਲਓ ਜਿਹੜੀ ਮੁਲਜ਼ਮ ਤੇ ਰਿਆ ਜਿਨੇ ਕਹ ਲੋ ਕਿ ਆਪਣੇ ਆਪ ਨੂੰ ਡਿਫੈਂਡ ਕਰਨਾ ਡਿਫੈਂਸ ਵਾਲੀ ਤੇ ਰਿਆ ਜੀ ਜਿੰਨੇ ਤੇ ਮਾਮਲਾ ਦਰਜ ਹੋਇਆ ਉਹਦੇ ਕੋਲ ਇੱਕ ਬੜਾ ਭਾਰੀ ਤਰਕ ਹੋਏਗਾ ਕਿ ਹਾਂ ਭਾਈ ਮੰਨ ਲਓ ਇਹ 5-7 ਸਾਲ ਗਵਾਹਾਂ ਵਾਲਾ ਸਿਲਸਿਲਾ ਹੀ ਜਿਹੜਾ ਉਹ ਨਹੀਂ ਮੁੱਕਦਾ ਤੇ ਬਾਅਦ ਦੇ ਵਿੱਚ ਬੰਦਾ ਹੋ ਜਾਂਦਾ ਬਰੀ ਤੇ ਉਹਦਾ ਜਿਹੜਾ ਸਮਝ ਆਇਆ ਹੋਇਆ ਉਹ ਕੌਣ ਪਰੂਗਾ ਹਾਂਜੀ ਤੇ ਉਹਨਾਂ ਦੇ ਵਕੀਲ ਨੇ ਆਖੀ ਵੀ ਇਹੋ ਗੱਲ ਜਰਾ ਜੀ ਗੱਲਰ ਕਿਸੇ ਵੀ ਕੇਸ ਦੇ ਵਿੱਚ ਇਕਵਿਰਟਲ ਹੁੰਦਾ ਪਰ ਉਹ ਹੁੰਦਾ ਜਾ ਕੇ 10-12 ਸਾਲਾਂ ਬਾਅਦ ਆ ਜਾਂ 8 ਸਾਲਾਂ ਬਾਅਦ ਤਾਂ ਬੰਦਾ ਤਾਂ ਉੱਥੇ ਹੀ ਰਹੂਗਾ ਨਾ ਜਦ ਤੱਕ ਉਹਨੂੰ ਜ਼ਮਾਨਤ ਨਹੀਂ ਮਿਲਦੀ ਹੁਣ ਜਾਂ ਤਾਂ ਕੋਰਟ ਜ਼ਮਾਨਤ ਦੇਵੇ ਤੇ ਜਾਂ ਟ੍ਰਾਇਲ ਵਿਲੇ ਨਾਲ ਪੂਰਾ ਹੋਵੇ ਦੋ ਹੀ ਆਪਸ਼ਨ ਨੇ ਨਾ ਜੀ ਹਾਈ ਕੋਰਟ ਨੇ ਅਖਿਆ ਉਹਨਾਂ ਅਖਿਆ ਕਿ ਅਸੀਂ ਲਗਾਤਾਰ ਹੀ ਦੇਖਦੇ ਨੋਟ ਕਰਦੇ ਆਂ ਸਰਕਾਰ ਦੇ ਕੰਨ ਤੇ ਜੂ ਹੀ ਨਹੀਂ ਸਰਕਦੀ ਜੀ ਤਾਂ ਇਥੋਂ ਨੋਟਸ ਭੇਜਿਆ ਗਿਆ ਸੀ ਉਹਨਾਂ ਕਿਹਾ ਕਿ ਕੱਲ ਹੀ ਪੇਸ਼ ਹੋਵੋ ਜੀ ਤਾਂ ਹੁਣ ਇਸ ਮਾਮਲੇ 'ਚ ਹਾਈ ਕੋਰਟ ਨੇ ਜਿਸ ਤਰ੍ਹਾਂ ਦਾ ਰੋਖ ਅਖਤਿਆਰ ਕੀਤਾ ਹੈ ਸਪਸ਼ਟ ਸੰਦੇਸ਼ ਹੈ ਉਹਨਾਂ ਲੋਕਾਂ ਲਈ ਜਿਹੜੇ ਕੰਮ ਕਰਦੇ ਆ ਭਾਵੇਂ ਉਹ ਤੁਹਾਡਾ ਹੀ ਕੋਈ ਭੈਣ ਭਰਾ ਹੋਵੇ ਤੇ ਚਾਹੇ ਕੋਈ ਮੇਰਾ ਇਹ ਸਪਸ਼ਟ ਆ ਇਹਦੇ 'ਚ ਕੋਈ ਓਲਾ ਨਹੀਂ ਕੋਈ ਛਪਾ ਨਹੀਂ ਹੈਗੇ ਨੇ ਜੀ ਕਿਸੇ ਦਾ ਵੀ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਉਹ ਸੰਭਲ ਜਾਵੇ ਕੇਸ ਵੀ ਦਰਜ ਹੋਣਗੇ ਸ਼ੇਤੀ ਕਿਤਿਆਂ ਹੈਟਰੀਆਂ ਅਦਾਲਤਾਂ ਜ਼ਮਾਨਤਾਂ ਦੇ ਨਹੀਂ ਰਹੀਆਂ ਹਾਈ ਕੋਰਟ ਜਾਓਗੇ ਤੇ ਹਾਈ ਕੋਰਟ ਨੇ ਆਹੀ ਕੁਛ ਕਰਨਾ ਹੈ ਤੇ ਜੇ ਵੱਜ ਗਏ ਹਾਈ ਕੋਰਟ ਚ ਫੇਰ ਅਪੀਲ ਗਈ ਫੇਰ ਵੀ ਉਹਨਾਂ ਨੇ ਕਟਾ ਕੇ ਦੇ ਕੇ ਤੇ ਗਾ ਅਪੀਲ ਚ ਜਦੋਂ ਕੇਸ ਨਿਕਲਿਆ ਉਦੋਂ ਵੀ ਰਗੜ ਦੇਣਾ ਜੀ ਸੋ ਐਨਡੀ ਤੇ ਇਹ ਬਹੁਤ ਸਖਤ ਨੇ ਐਸ ਵੇਲੇ ਜਿਹੜੇ ਜੱਜ ਸਾਹਿਬ ਆ ਜੀ ਹੁਣ ਇਹ ਤਾਂ ਹੈ ਨਾ ਮਾਮਲਾ ਕਿ ਕਹਾਣੀ ਕਿੱਥੋਂ ਸ਼ੁਰੂ ਹੋਈ ਜੀ ਤੇ ਅੱਜ ਜੋ ਹੋਇਆ ਉਹ ਤੁਸੀਂ ਦੱਸ ਦਿੱਤਾ ਕਿ ਭਾਈ ਪਹਿਲਾਂ ਤਾਂ ਮਾਫੀ ਮੰਗੋ ਫੇਰ ਕੱਲ ਨੂੰ ਲਿਆ ਕੇ ਤੇ ਜਵਾਬ ਦਾਖਲ ਕਰੋ ਕਿ ਕਰੋਗੇ ਕਿ ਨਹੀਂ ਕਰੋਗੇ ਕਿ ਨਹੀਂ ਦਾ ਮਤਲਬ ਕਿ ਜਿਹੜੀਆਂ ਚੀਜ਼ਾਂ ਚ ਸੁਧਾਰ ਹੋਣਾ ਚਾਹੀਦਾ ਤੁਹਾਡੀਆਂ ਗਵਾਹੀਆਂ ਵੇਲੇ ਸਿਰ ਹੋਇਆ ਕਰਨਗੀਆਂ ਕਿ ਨਹੀਂ ਉਹਦਾ ਲਿਖਤੀ ਜਵਾਬ ਦਿਓ ਇਹ ਹੁਣ ਕੱਲ ਨੂੰ ਜਾ ਕੇ ਤੇ ਆਪਣਾ ਜਵਾਬ ਜੜਾਓ ਪੇਸ਼ ਕਰ ਦੇਣਗੇ ਹੁਣ ਇਹ ਹੋ ਗਿਆ ਇਸ ਕਹਾਣੀ ਦਾ ਇੱਕ ਚੈਪਟਰ ਜੀ ਹੁਣ ਹਾਈ ਕੋਰਟ ਨੇ ਜਿਹੜੀ ਇਹ ਗੱਲ ਕਹੀ ਹੈ ਉਸ ਤੋਂ ਬਾਅਦ ਮੈਂ ਇੱਕ ਦੂਸਰੀ ਚੀਜ਼ ਵੱਲ ਧਿਆਨ ਦੇਣਾ ਚਾਹੁੰਦਾ ਜਿਹੜਾ ਸ਼ਾਇਦ ਪ੍ਰਾਈਮ ਟਾਈਮ ਦੀ ਡਿਬੇਟ 'ਚ ਵੀ ਨਹੀਂ ਹੋਏਗਾ ਪੱਤਰਕਾਰਾਂ ਦੀ ਜਿਹੜੀ ਪੇਸ਼ਕਾਰੀ ਉਹਦੇ 'ਚ ਵੀ ਨਹੀਂ ਹੋਏਗਾ ਤੇ ਸ਼ਾਇਦ ਸਾਡੀ ਜਿਹੜੀ ਪਬਲਿਕ ਦੀ ਬਹਿਸ ਹੁੰਦੀ ਆ ਸੋਸ਼ਲ ਅਜੰਡਾ ਜਿਸ ਨੂੰ ਕਹਿੰਦੇ ਆ ਨਾ ਹੀ ਉਹਦੇ 'ਚ ਹੋਏਗਾ ਉਹ ਮੈਂ ਦੂਜੇ ਪੜਾਅ 'ਚ ਗੱਲ ਕਰ ਲੈਣਾ ਤੁਸੀਂ ਮੈਨੂੰ ਦੱਸ ਦਿਓ ਕੋਈ ਕਮੈਂਟ ਦਾ ਜਵਾਬ ਦੇਣਾ ਤੇ ਉਹ ਲੈ ਲਓ ਜੀ 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 ਮੈਂ ਦਰੋਜਾ ਦੇਖ ਲੈਣਾ ਜੀ ਕੁਝ ਕਮੈਂਟ ਆਏ ਨੇ ਕਿਧਰ ਬਲਵਿੰਦਰ ਜੀ ਕਹਿ ਰਹੇ ਹਾਲੇ ਤੱਕ ਡੀਜੀਪੀ ਨਹੀਂ ਪੱਕਾ ਲੱਗਿਆ ਤੇ ਫਿਰ ਸਰਕਾਰ ਕਿਵੇਂ ਕਾਨੂੰਨ ਵਿਵਸਥਾ ਚਲਾਏਗੀ ਜੀ ਹਾਲੇ ਤੱਕ ਤਾਂ ਉਧਰਲੇ ਪਾਸੇ ਫੀਲ ਹੋ ਰਿਹਾ ਚਲੋ ਕਾਰਜਕਾਰੀ ਵੀ ਹੈਗੇ ਪਾਵਰਾਂ ਤੇ ਉਹਨਾਂ ਦੇ ਕੋਲ ਹੈਗੇ ਨੇ ਪਾਵਰਾਂ ਨੇ ਜੀ ਉਹਨਾਂ ਕੋਲ ਡੀਜੀਪੀ ਹੈ ਕੋਈ ਇਹ ਥੋੜੀ ਹੈ ਮੈਂ ਤੁਹਾਨੂੰ ਦੱਸੀ ਜਨਾ ਕਿ 80000 ਜਿਹਦੇ ਥੱਲੇ ਬੰਦਾ ਕੰਮ ਕਰਦਾ ਹੈ ਜਿਹਦੇ ਮੁਤਾ ਹੈ ਤੁਸੀਂ ਸੋਚ ਕੇ ਵੇਖੋ ਜੀ ਕਿ ਉਹਦੇ ਕੋਲ ਕਿੰਨੀ ਪਾਵਰ ਹੋਏਗੀ ਕਿੰਨੀਆਂ ਸ਼ਕਤੀਆਂ ਹੋਣਗੀਆਂ ਬਿਲਕੁਲ 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 ਸੰਦੀਪ ਜੀ ਘਰ ਇੱਕ ਵਾਰੀ ਮੇਰਾ ਵਕੀਲ ਡੇਟ ਭੁੱਲ ਗਿਆ ਸੀਗਾ ਜੀ ਤੇ ਮੈਨੂੰ ਮਾਰਨਿੰਗ ਤੋਂ ਲੈ ਕੇ ਸ਼ਾਮ ਤੱਕ ਕਹਿੰਨੇ ਕਿ ਬਿਠਾ ਕੇ ਰੱਖਿਆ ਕੋਰਟ ਦੇ ਵਿੱਚ ਕਹਿੰਨੇ ਜਾ ਬਈ ਛੋਟੀ ਸਜਾ ਇਹ ਚਲੇ ਗਏ ਹੋਣੇ ਦੂਜੇ ਤੀਜੇ ਦਿਨ ਜੇ 2-4 ਦਿਨ ਨਾ ਜਾਂਦੇ ਤੇ ਉਹਨਾਂ ਨੇ ਵਾਰੰਟ ਕੱਢਦੇ ਨੇ ਸੀ ਵੀ ਲੈ ਕੇ ਆਓ ਇਹਨੂੰ ਜੀ ਜ਼ਮਾਨਤ ਬੌਂਡ ਕੈਂਸਲ ਕਰ ਦਿੰਦੇ ਨੇ ਨਾਲ ਦੀ ਨਾਲ ਹਾਂਜੀ 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 ਦਾ ਇਹ ਹੈ ਜੀ ਹਾਲ ਚਾਲ ਤੇ ਇਹਦੇ ਨਾਲ ਆਪਾਂ ਅੱਗੇ ਨੂੰ ਚੱਲ ਪਈਏ ਮਿੰਟ ਜੀ ਦੂਸਰੀ ਦੂਸਰੀ ਸਟੋਰੀ ਕੀ ਆ ਹੁਣ ਇਸ ਕਹਾਣੀ ਦੀ ਸਟੋਰੀ ਕੀ ਆ ਇਹਦਾ ਅਧਿਆਇ ਆ ਕਿ ਹਾਈ ਕੋਰਟ ਨੇ ਇੱਕ ਚੀਜ਼ ਵੇਖੀ ਆ ਮੈਂ ਬੇਨਤੀ ਕਰ ਸਕਦਾ ਹਾਂ ਹੋਰ ਕਿਉਂਕਿ ਹਾਈ ਕੋਰਟ ਨੂੰ ਹੁਣ ਦੇਖੋ ਆਪਾਂ ਸਮਝਾ ਨਹੀਂ ਸਕਦੇ ਉਹ ਸਾਡੇ ਨਾਲ ਬਹੁਤ ਸਿਆਣੇ ਨੇ ਜੱਜ ਬੈਠੇ ਆ ਪਰ ਮੈਂ ਧਿਆਨ ਦਿਵਾਉਣਾ ਚਾਹਨਾ ਮਾਨ ਸਾਬ ਦਾ ਤੇ ਜੁਡੀ ਸ਼ਰੀ ਦਾ ਜਿਸ ਗੱਲ ਵੱਲ ਧਿਆਨ ਦਿਵਾਉਣਾ ਚਾਹਨਾ ਉਹ ਗੱਲ ਨਸ਼ਾ ਮੁਕਤੀ ਦੀ ਲਹਿਰ ਜਿਹੜੀ ਆ ਨਾ ਉਹਦਾ ਇੱਕ ਬੇਸ ਬਣ ਸਕਦੀ ਆ ਜੀ ਕਿਉਂਕਿ ਦੇਖੋ ਅਸੀਂ ਇਹਨਾਂ ਚੀਜ਼ਾਂ ਨਾਲ ਵਾਸਤਾ ਰਹੇ ਆ ਤੇ ਗਾਂ ਆਲੇ ਦੁਆਲੇ ਵੀ ਦੇਖਦੇ ਆ ਸਾਡੇ ਆਪਣੇ ਵੀ ਉਹਦੇ ਵਿੱਚ ਹੈਗੇ ਆ ਕਿਉਂਕਿ ਮੈਂ ਤਾਂ ਮੇਰੇ ਕੋਲ ਲਾਗ ਲਬੇਟ ਨਹੀਂ ਹੈਗਾ ਸਾਡੇ ਤੇ ਆਪਣੇ ਜਿਹੜੇ ਉਹ ਇਹਨਾਂ ਚੀਜ਼ਾਂ 'ਚ ਗਰਸੇ ਹੋਏ ਆ ਜੀ ਤੇ ਆਸੀਂ ਅਸੀਂ ਮਤਲਬ ਕਿ ਇਹੀ ਗੱਲ ਕਹਿੰਨੇ ਆ ਕਿ ਇਹ ਅੱਗ ਕਿਸੇ ਦੇ ਘਰ ਨੂੰ ਵੀ ਪੈ ਸਕਦੀ ਆ ਜੀ ਸਿੱਧਾ ਸਾਬਿਆ ਸਪਸ਼ਟ ਆ ਕਿ ਕਰਨੀ ਤੇ ਆਪਣੀ ਆ ਬੰਦੇ ਨੇ ਤੇ ਭੁਗਤਨੀ ਆਪਣੀ ਆ ਪਰ ਜੇ ਇਹਨਾਂ ਚੀਜ਼ਾਂ ਦਾ ਆਪਾਂ ਮੁਕਾਬਲਾ ਕਰਨਾ ਜਾਂ ਸੋਚਦੇ ਆ ਕਿ ਇੱਕ ਵੇਲੇ ਜਾ ਕੇ ਘੱਟੂ ਘੱਟ ਸਿੰਥੈਟਿਕ ਡਰਗ ਫਰੀ ਸੋਸਾਇਟੀ ਸਾਡੀ ਬਣ ਜਾਵੇ ਤਾਂ ਦੇਖੋ ਮੈਂ ਤੁਹਾਨੂੰ ਜਿਹੜੀ ਗੱਲ ਕਹਿਣ ਜਾ ਰਿਹਾ ਸ਼ੁਰੂਆਤ ਕਰੋ ਇੱਥੋਂ ਕਿ ਜਿਹੜਾ ਐਨਡੀਪੀਐਸ ਦਾ ਪਰਚਾ ਹੁੰਦਾ ਇਹਦੇ ਚ ਬੇਸਿਕਲੀ ਜਿਹੜਾ ਮਾਲ ਜੋ ਰਿਕਵਰੀ ਵਗੈਰਾ ਉਹਦਾ ਸਾਰਾ ਜਮਾ ਹੁੰਦਾ ਐਸਐਚਓ ਦਾ ਜਿਹੜਾ ਕੈਲਕ ਸਟੇਸ਼ਨ ਹੈਡ ਆਫੀਸਰ ਹਾਂਜੀ ਥਾਣਾ ਮੁਖੀ ਦਾ ਠੀਕ ਹੈ ਜੀ ਦੂਜਾ ਹੁੰਦਾ ਸਭ ਤੋਂ ਵੱਡਾ ਰੋਲ ਉਹਨੂੰ ਐਨ ਜੀਓ ਕਹਿੰਦੇ ਨੇ ਸ਼ਾਇਦ ਜਾਂ ਆਪਾਂ ਆਪਣੀ ਭਾਸ਼ਾ ਚਾਈ ਹੋਈ ਕਹਿ ਦਿੰਨੇ ਆ ਹਾਂਜੀ ਪੜਤਾਲੀ ਅਫਸਰ ਜੀ ਪੜਤਾਲੀ ਅਫਸਰ ਹੁਣ ਜਿੰਨਾ ਕੋ ਮੈਂ ਪਤਾ ਕੀਤਾ ਐਵਰੇਜ ਇੱਕ ਥਾਣੇ ਚ ਤਕਰੀਬਨ ਇੱਕ ਜਾਂ ਦੋ ਐਕਸਪਰਟ ਨੇ ਪਹਿਲੀ ਗੱਲ ਇਨਵੋਲਵ ਦੋ ਨੇ ਕਿਉਂਕਿ ਉਹਦੇ ਵਾਸਤੇ ਜਿਹੜੀ ਪ੍ਰਾਇਮਰੀ ਸ਼ਰਤ ਆ ਕਿ ਉਕਤ ਅਧਿਕਾਰੀ ਇੰਟਰਮੀਡੀਏਟ ਹੋਣਾ ਚਾਹੀਦਾ ਉਹਦਾ ਕੋਰਸ ਕੀਤਾ ਹੋਣਾ ਚਾਹੀਦਾ ਆਹ ਪ੍ਰੋਬਲਮ ਆ ਜੀ ਆ ਬੇਸਿਕ ਫੰਡਾ ਐ ਇਹਦੇ ਚ ਹੁਣ ਉਹ 1 ਨੇ 2 ਨੇ ਥਾਣੇ ਚ ਇੱਕ ਤਾਂ ਐਸਚ ਹੋ ਗਿਆ ਥੱਲੇ ਇੱਕ ਐ ਜਾਂ ਦੋ ਐ ਵੱਧ ਤੋਂ ਵੱਧ ਐਵਰੇਜ ਦੋ ਹੀ ਮਿਲਣਗੇ ਤੁਹਾਨੂੰ ਉਹਨਾਂ ਨੇ ਉਹ ਕੇਸ ਵੀ ਤਿਆਰ ਕਰਨਾ ਉਤੋਂ ਬਾਅਦ ਚਲਾਨ ਵੀ ਤਿਆਰ ਕਰਨਾ ਉਹ ਤੋਂ ਬਾਅਦ ਗਵਾਹੀਆਂ ਵੀ ਦੇਣੀਆਂ ਤੇ ਨਾਲ ਉਹਨਾਂ ਨੇ ਲਾਅ ਐਂਡ ਆਰਡਰ ਵੀ ਸੰਭਾਲਣਾ ਜਾ ਕੇ ਫੀਲਡ 'ਚ ਤੇ ਨਵੇਂ ਪਰਚੇ ਵੀ ਕੱਟਨੇ ਆ ਉਧਰ ਵੀ ਜਾਣਾ ਪਊ ਹਾਂਜੀ ਉਹ ਤਾਂ ਮੈਂ ਦੱਸਦਾ ਨਾ ਤੁਹਾਨੂੰ ਹਾਂਜੀ ਕਿ ਐਂਡੀ ਦਾ ਪਰਚਾ ਉਹਨਾਂ ਨੇ ਹੀ ਕੱਟਣਾ ਜਦੋਂ ਤੇ ਉਹ ਮਹੀਨੇ 'ਚ 20 ਆ ਕਿ 30 ਆ ਇਹ ਹਾਲਾਤ ਤੇ ਨਿਰ ਪਰਿਆ ਤੇ ਜਿਹੜਾ ਕੱਟਤਾ ਉਹਦੇ ਮਗਰ ਵੀ ਜਾਣਾ ਮੈਂ ਉਹੀ ਤਾਂ ਮੈਂ ਕਹਿ ਰਿਹਾ ਨਾ ਹਜ਼ੂਰ ਜਿਵੇਂ ਇੱਕ ਜ਼ਿਲ੍ਹਾ ਐ ਮੁਕਸਰ ਜ਼ਿਲ੍ਹਾ ਐ ਇਹਦੀ ਐਵਰੇਜ ਕੱਢੋ ਤਾਂ ਐਵਰੇਜ ਇਹਦੇ ਚ 70 ਤੋਂ 100 ਪਰਚਾ ਦਰਜ ਹੁੰਦਾ ਐ ਐਂਡੀਪੀਐਸ ਦਾ ਇੱਕ ਮਹੀਨੇ ਚ ਹਾਂਜੀ ਠੀਕ ਹੈ ਜੀ ਮਹੀਨੇ ਚ ਗਾਂ ਹੁਣ ਜੁਡੀਸ਼ਰੀ ਜਿਹੜੀ ਹੈਗਾ ਹਾਲਾਂਕਿ ਐਂਡੀ ਦੀਆਂ ਅਦਾਲਤਾਂ ਇਹਨਾਂ ਨੇ ਐਡ ਕੀਤੀਆਂ ਪਰ ਉਹਦੇ ਚ ਵੀ ਕੀ ਹੈ ਕਿ ਜਿਵੇਂ ਹੁਣ ਆਪਣੇ ਜ਼ਿਲ੍ਹੇ ਦੀ ਲੈ ਲਈਏ ਗੱਲ ਇੱਥੇ ਇੱਕ ਸੈਸ਼ਨ ਜੱਜ ਹੋ ਗਿਆ ਇੱਕ ਹੋ ਗਿਆ ਐਡੀਸ਼ਨਲ ਸੈਸ਼ਨ ਜੱਜ ਜਿਹੜੇ ਐਂਡੀਪੀਐਸ ਦੇ ਮਾਮਲੇ ਦੇਖ ਰਹੇ ਹੈ ਜੱਜ ਸਾਹਿਬ ਉਹਨਾਂ ਦੇ ਕੋਲ ਦੂਜੇ ਕੇਸ ਵੀ ਦਿੱਤੇ ਹੋਏ ਜਿਵੇਂ 302 ਵਗੈਰਾ ਜੀ ਤਾਂ ਗੱਲ ਤੇ ਇਹ ਆ ਕਿ ਜਾਂਤਾ ਐਂਡੀਪੀਐਸ ਦੀਆਂ ਕੋਰਟਾਂ ਹੀ ਲਾਗ ਹੋਣ ਕਿਉਂਕਿ ਕੋਰਟ ਚੱਲਦੀ ਹੈ ਮਹੀਨੇ ਚ 20 ਦਿਨ ਮਸਾ ਤੇ ਜਿਸ ਕੇਸ ਦੇ ਵਿੱਚ ਗਵਾਹੀ ਸ਼ੁਰੂ ਹੋ ਗਈ فرض ਕਰੋ ਐਂਡੀਪੀਐਸ ਦੇ ਵਿੱਚ ਗਵਾਹੀ ਸ਼ੁਰੂ ਹੋ ਗਈ ਉਹ ਤਾਂ 3 ਘੰਟੇ ਵੀ ਜਾ ਸਕਦਾ ਜੀ ਦਰਜ ਹੋਣੀ ਹੈ ਗਵਾਹੀ ਅਕਸਰ ਨੂੰ ਵਿੱਚ ਲੰਚ ਟਾਈਮ ਵੀ ਹੋ ਜਾਂਦਾ ਹੈ ਕਈ ਵਾਰ ਕੋਈ ਹੋਰ ਗੱਲ ਵੀ ਹੋ ਜਾਂਦੀ ਆ ਜੱਜ ਸਾਹਿਬ ਵੀ ਕਈ ਵਾਰ ਥੋੜਾ ਆਫ ਲੈ ਲੈਂਦੇ ਨੇ ਜੀ ਤਾਂ ਮਤਲਬ ਕਿ ਕੋਲ ਮਲਾ ਕੇ ਇੱਕ ਤਾਂ ਕੰਮ 20 ਦਿਨੇ ਆ ਜੀ ਪਰਚਾ ਹੋ ਰਿਹਾ 100 ਗਵਾਈ ਮਸਾ ਜੇ ਲੈਂ ਲੱਗਣਗੇ ਜੱਜ ਸਾਹਿਬ ਤੇ ਕਿੰਨੇ ਕੇਸਾਂ ਦੀ ਵੱਧ ਤੋਂ ਵੱਧ ਦਿਨ ਚ ਦੋ ਕੇਸਾਂ ਦੀ ਜੀ ਤੇ ਜਿਹੜਾ ਉਹ ਥੱਲੇ ਪਰਚਾ ਕੱਟਣ ਵਾਲਾ ਹੈ ਉਹਦਾ ਸਿਆਪਾ ਵੇਖੋ ਕਿੰਨਾ ਪੈਂਦਾ ਜੀ ਕਿ ਉਹਨੇ ਮੁਕਸਰ ਕੋਰਟ ਦੇ ਵਿੱਚ ਵੀ ਪੇਸ਼ ਹੋਣਾ ਤੇ ਜੇ ਕੋਈ ਅਪੀਲ ਗਾਂ ਚਲੇ ਗਈ ਜੀ ਉਹਨੇ ਹਾਈ ਕੋਰਟ ਵੀ ਜਾਣਾ ਹੁਣ ਐਸ ਐਚਓ ਦੀ ਮੰਨ ਲਓ ਕਿਤੇ ਅਗਵਾਈ ਆ ਤੇ ਉੱਥੇ ਲੱਗੇ ਲੱਗਿਆ ਧਰਨਾ ਕਿਸੇ ਪੁਲ ਤੇ ਜੀ ਤੇ ਉੱਥੇ ਸਥਿਤੀ ਜਿਹੜੀ ਆ ਬੜੀ ਵੱਖਰੇ ਕਿਸਮ ਦੀ ਹੈ ਕੁਝ ਵੀ ਹੋ ਸਕਦਾ ਐਸ ਐਚਓ ਕਿੱਥੇ ਜਾਏਗਾ ਪੁਲ ਤੇ ਜਾਏਗਾ ਕਿ ਪਹਿਲਾਂ ਗਵਾਈਦਨ ਜਾਏਗਾ ਮਨ ਦੱਸੋ ਪੁਲ ਤੇ ਜਾਊਗਾ ਕਿ ਕੋਰਚ ਜਾਊਗਾ ਕੋਰਚੋ ਉਹੋ ਅਰਜੀ ਪਾ ਕੇ ਤੇ ਆਪਦੀ ਰੈਤ ਲਊਗਾ ਭੱਜ ਕੇ ਪਹਿਲਾਂ ਪੁਲ ਤੇ ਜਾਊਗਾ ਕਿਉਂਕਿ ਜੇ ਪੁਲ ਤੇ ਨਾ ਜਾਊਗਾ ਤੇ ਸਰਕਾਰ ਨੇ ਗਲ ਚ ਗੂਠਾ ਦੇ ਕੇ ਨਾਲ ਦੀ ਨਾਲ ਕਹਿਣਾ ਪੁੱਤ ਚੱਲ ਪੁਲਿਸ ਲੈਣ ਚ ਜੱਜ ਤਾਂ ਚਲੋ ਇੱਕ ਦੋ ਵਾਰੀ ਛੱਡ ਦੂਗਾ ਇਹਨਾਂ ਨੇ ਤੇ ਇੱਕ ਮਿੰਟ ਨਹੀਂ ਛੱਡਣਾ ਸੋ ਕਹਾਣੀ ਇੱਥੇ ਆ ਕੇ ਖੜਦੀ ਆ ਅਸੀਂ ਹਮੇਸ਼ਾ ਗੱਲ ਕਰਦੇ ਆ ਕਿ ਜਿੱਥੇ ਵਿਗਾੜ ਨੇ ਵਿਗਾੜ ਦੂਰ ਕਰਨ ਦੀ ਜ਼ਰੂਰਤ ਆ ਜੀ ਵਿਗਾੜ ਦੂਰ ਕਰੋ ਜਿੱਥੇ ਨੁਕਸ ਨੇ ਉਹਨਾਂ ਨੂੰ ਫੜਨ ਦੀ ਲੋੜ ਆ ਜਦ ਨੁਕਸ ਤੁਹਾਡੀ ਪਕੜ ਚ ਆ ਜਾਏਗਾ ਨਾ ਬੇਸਿਕ ਨੁਕਸ ਇੱਥੇ ਆ ਮੈਂ ਤੁਹਾਨੂੰ ਦੱਸ ਰਿਹਾ ਜੁਡੀਸ਼ਰੀ ਉਹਦਾ ਵੀ ਕੋਈ ਕਸੂਰ ਨਹੀਂ ਜੀ ਪੁਲਿਸ ਆਫੀਸਰ ਜਿਹੜੇ ਆ ਜਿਹੜੇ ਐਂਡੀ ਐਕਸਪਰਟ ਨੇ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਆ ਜੀ ਕਸੂਰ ਤਾਂ ਉਹ ਧੰਦਾ ਕਰਨ ਵਾਲਿਆਂ ਦਾ ਜਿੰਨੇ ਉਹ ਜ਼ਿਆਦਾ ਫੜੇ ਜਾਣਗੇ ਪਰਚੇ ਘਟ ਨਹੀਂ ਪੈਣਗੇ ਪੈਸੇ ਲੈ ਕੇ ਛੱਡਣ ਕਿਤੇ ਆਪਾਂ ਫਿਰ ਇਹਨਾਂ ਨੂੰ ਫੜ ਲਾਂਗੇ ਜੀ ਕਿ ਤੁਸੀਂ ਇਦਾਂ ਕਰੀ ਜਾਂਦੇ ਹੋ ਤਾਂ ਗੱਲ ਇਹ ਆ ਕਿ ਹਾਈ ਕੋਰਟ ਨੇ ਆਪਣੇ ਹਿਸਾਬ ਨਾਲ ਚੀਜ਼ਾਂ ਨੂੰ ਕਹਿ ਲੋ ਕੇ ਹੰਜ਼ੀਮ ਕਰਨਾ ਹੈ ਛਾ ਦੇਖਣਾ ਹੈ ਉਹ ਮਤਲਬ ਕਿ ਜਾਇਜ਼ ਆ ਉਹ ਆਪਣੀ ਜਗ੍ਹਾ ਤੇ ਸਹੀ ਨੇ ਜੀ ਪਰ ਜਿੱਥੇ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਦੇਖ ਰਿਹਾ ਉੱਥੇ ਸਰਕਾਰ ਦਾ ਇੱਕ ਰੋਲ ਬਣਦਾ ਨਾ ਰਿਫਾਰਮਸ ਕਿਸ ਨੇ ਲਿਉਣੇ ਰਿਫਾਰਮਸ ਹੁਣ ਕੋਈ ਪਿੰਡ ਦਾ ਉੱਠ ਕੇ ਪੰਚਾਇਤ ਮੈਂਬਰ ਜਾਂ ਨੰਬਰਦਾਰ ਤੇ ਕਰ ਨਹੀਂ ਸਕਦਾ ਜੀ ਕਿ ਲੋ ਜੀ ਆ ਸਾਡਾ ਆ ਥਾਣਾ ਲੱਗਦਾ ਤੇ ਕੱਲ ਤੋਂ ਐਂ ਕੰਮ ਚੱਲੂਗਾ ਹਾਂਜੀ ਆ ਉੱਠ ਕੇ ਤੇ ਕੋਈ ਕਹ ਦੇਗਾ ਚੇਅਰਮੈਨ ਕਿਆ ਸਾਨੂੰ ਤਹਿਸੀਲ ਪੈਂਦੀ ਆ ਆ ਮੈਜਿਸਟ੍ਰੇਟ ਦਾ ਇਲਾਕਾ ਹੈ ਆ ਜੱਜ ਹੁਣ ਇਸ ਤਰ੍ਹਾਂ ਕਰੂਗਾ ਜੀ ਇਹ ਤੁਹਾਡਾ ਪਾਰਟ ਆ ਇੱਥੇ ਤੁਸੀਂ ਵੇਖੋ ਕਿ ਐਂਡੀ ਪੀਐਸ ਦੀਆਂ ਅਦਾਲਤਾਂ ਅੱਡ ਕਰ ਦਿੱਤੀਆਂ ਜਾਣ ਜਿਹੜੇ ਇਸ ਤਰ੍ਹਾਂ ਦੇ ਹੈਗੇ ਆ ਜਾਂ ਤਾਂ ਉਹਨਾਂ ਦੀ ਗਿਣਤੀ ਵਧਾਈ ਜਾਵੇ ਜਾਂ ਉਹਨਾਂ ਦੇ ਕੋਰਸ ਕਰਵਾਏ ਜਾਣ ਜੀ ਜਿਹੜੀਆਂ ਇਸ ਤਰ੍ਹਾਂ ਦੀਆਂ ਗਵਾਹੀਆਂ ਨੇ ਕਿ ਜਿਹਦੇ ਵਿੱਚ ਇੱਕ ਬੰਦਾ ਉਹ ਠਾਣੇ ਕਚਹਿਰੀਆਂ ਚ ਤੁਰਿਆ ਫਿਰਦਾ ਤਾਂ ਫਿਰ ਭਾਈ ਉਹਨੂੰ ਲੌਂਡ ਆਰਡਰ ਦੀ ਜਿਹੜੀ ਸਥਿਤੀ ਹੈ ਨਾ ਫੀਲਡ ਦੇ ਵਿੱਚ ਜਾਨੀ ਤੈਨਾਤੀ ਉਹਦੇ ਤੋਂ ਹੀ ਰਹਿਤ ਦਿਵਾਓ ਜੀ ਯਾਨੀ ਇਹ ਰਿਫਾਰਮਸ ਦਾ ਹਿੱਸਾ ਤੇ ਮੈਂ ਆਲਵੇ ਪਿਛਲੇ 5 ਸਾਲਾਂ ਤੋਂ ਤੋਂ ਮੈਂ ਪਿੱਟ ਪਿੱਟ ਕੇ ਮਰ ਗਿਆ ਜੀ ਕਿ ਪਲੀਜ਼ ਹਹਾੜਾ ਹੋਏ ਪੰਜਾਬੀ ਆ ਰਿਫਾਰਮਸ ਕਰਾਓ ਇਹ ਆਪਣੇ ਹਿੱਤਕਾਰੀ ਆ ਕੋਈ ਗੱਲ ਨਹੀਂ ਗੋਲਦਾ ਹੁਣ ਚਲੋ ਡਿਬੇਟ ਚ ਜਾਣਗੇ ਤੇ ਕੋਈ ਆ ਮਤਲਬ ਕਿ ਇਸ ਤਰ੍ਹਾਂ ਦਾ ਮੁੱਦਾ ਵੀ ਲੈ ਜਾਵੇ ਡਿਬੇਟ ਦੇ ਵਿੱਚ ਇਹਦੇ ਤੇ ਵੀ ਡਿਬੇਟ ਹੋ ਜਾਵੇ ਡਿਬੇਟ ਕੱਲੀ ਇਸ ਗੱਲ ਤੇ ਥੋੜੀ ਹੋਣੀ ਚਾਹੀਦੀ ਆ ਕਿ ਯਾਰ ਆਪਾਂ ਉੱਜੜ ਗਏ ਉੱਜੜ ਗਏ ਡਿਬੇਟ ਇਸ ਗੱਲ ਦੀ ਵੀ ਹੋਣੀ ਚਾਹੀਦੀ ਆ ਜੇ ਉੱਜੜ ਗਏ ਤਾਂ ਵਸਣਾ ਕਿ ਤਰ੍ਹਾਂ ਜੇ ਹਾਂਜੀ ਉੱਜੜਾ ਨੂੰ ਵਸਣਾ ਹੀ ਹੈ ਨਾ ਦੁਬਾਰਾ ਸਾਡਾ ਸਾਡਾ ਐਮ ਕੀ ਆ ਕਿ ਭਾਈ ਉੱਜੜ ਪੁੱਜੜ ਤਾਂ ਗਏ ਅਸੀਂ ਹੁਣ ਦੁਬਾਰਾ ਵਸਣਾ ਕਿ ਤਰ੍ਹਾਂ ਤੇ ਜੇ ਵਸੇਬੇ ਦੀ ਗੱਲ ਹੀ ਨਹੀਂ ਕਰਨੀ ਗੱਲ ਹੀ ਉਜਾੜੇ ਦੀ ਕਰਨੀ ਆ ਉਹ ਤੇ ਪੱਲੀ ਵਿਛਾ ਕੇ ਜਿੱਥੇ ਮਰਜੀ ਕਰੀ ਜਾਓ ਫਿਰ ਰੋਈ ਜਾਓ ਪਿੱਟੀ ਜਾਓ ਤੇ ਇੱਕ ਦੂਜੇ ਨੂੰ ਲਾਹਣ ਤਾਂ ਭਾਈ ਚਲੋ ਕੋਈ ਫਰਕ ਨਹੀਂ ਪੈਣਾ ਹਾਂਜੀ ਜੀ ਜੀ ਮੈਂਦਰ ਉਹ ਦੋ ਕੁ ਮਿੰਟ ਲਾ ਕੇ ਫਿਰ ਵਾਪਸ ਆਉਣਾ ਮਿੰਟੂ ਜੀ ਅਮਨ ਜੀ ਕਹਿ ਰਹੇ ਜੀ ਕਮਰਸ਼ਲ ਜਿਹੜੀ ਰਿਕਵਰੀ ਹੈ ਨਾ ਐਂਡੀਪੀਐਸ ਦੀ ਉਹਨੂੰ ਵੀ ਘਟਾ ਲੈਣਾ ਚਾਹੀਦਾ ਘਟਾ ਕੇ ਉਹਨੂੰ ਹੀ ਰਹਿ ਜੀ ਕਹਿੰਦੇ ਕਿ ਵੀ ਇਹਦਾ ਉਹ ਠੀਕ ਹੈ ਸੋਧ ਕੀਤੀ ਜਾ ਸਕਦੀ ਆ ਕਿਉਂਕਿ ਅੱਜ ਨਸ਼ਾ ਇੱਕ ਵੱਖਰੀ ਕਿਸਮ ਦਾ ਆ ਗਿਆ ਹੈ ਪਹਿਲਾਂ ਭੁੱਕੀ ਦੀ ਕੁਆਂਟੀਟੀ ਹੋਰ ਹੈ ਜੀ ਉਹ ਪਾਈ ਆਦਾ ਕਿਲੋ ਆਪਾਂ ਕਹਿ ਸਕਦੇ ਹਾਂ ਕਿ ਛੋਟ ਦਿੱਤੀ ਜਾਣੀ ਚਾਹੀਦੀ ਆ ਨਾਨ ਕਮਰਸ਼ਲ ਕਮਰਸ਼ਲ ਅੱਜ ਅੱਜ ਅਗਲਾ 5 ਗ੍ਰਾਮ ਲੈਂਦਾ ਹੁਣ ਮੈਂ ਬਹੁਤ ਕੁਝ ਸਮਾਜ ਚ ਦੇਖਦਾ ਜਿਹੜੇ ਤਸਕਰ ਨੇ ਉਹ 20 ਗ੍ਰਾਮ ਤੋਂ ਛੋਟੇ ਤਸਕਰ ਜਿਹੜੇ ਉਹ 20 ਗ੍ਰਾਮ ਤੋਂ ਉੱਤੇ ਮਾਲ ਨਹੀਂ ਚੁੱਕਦੇ ਉਹ ਕਹਿੰਦੇ ਸਾਰੇ ਦਾ ਸਾਰਾ ਫੜਿਆ ਜਾਊਗਾ ਅੱਜ ਕੱਲ ਪੁਲਿਸ ਆਪਦੇ ਕੋਲੋਂ ਪਾਉਂਦੀ ਨਹੀਂ ਜੋ ਫੜਿਆ ਜਾਊਗਾ ਇਹ ਲਾਈਟਰ ਕਵਰੇਜ ਚਾਹੂਗਾ ਸੀ ਤੇ ਜਿੱਦ ਨਾਲ ਬਿਲਕੁਲ ਇਹਨਾਂ ਦੀ ਗੱਲ درست ਹੈ ਕਿ ਇਹ ਨੁਕਤਾ ਵੀ ਵਿਚਾਰਨਾ ਪਵੇਗਾ ਕਿ ਕਿਹੜਾ ਨਸ਼ਾ ਕਿੰਨੀ ਕੁਆਂਟੀਟੀ ਦੇ ਵਿੱਚ ਠੀਕ ਹੈ ਫੇਮ ਭੁੱਕੀ ਨੂੰ ਥੋੜੀ ਤੁਸੀਂ ਦੇ ਸਕਦੇ ਹੋ ਰਹਿਤ ਪਰ ਜਿਹੜਾ ਇਸ ਤਰ੍ਹਾਂ ਦਾ ਜਿਹਦੇ ਤੇ ਸਾਡਾ ਜ਼ਿਆਦਾ ਧਿਆਨ ਹੈ ਇਸ ਵੇਲੇ ਸਿੰਥੈਟਿਕ ਡਰੱਗ ਤੇ ਉਹ ਤਾਂ ਅਗਲਾ 5 ਗ੍ਰਾਮ ਵੀ ਦਿਨ 'ਚ ਵੇਚੂਗਾ ਤਾਂ ਉਹ 100 ਬੰਦੇ ਨੂੰ ਵੀ ਵੇਚ ਸਕਦਾ 20 ਗ੍ਰਾਮ ਵੀ ਵੇਚੇ ਤਾਂ ਹਾਂਜੀ ਹਾਂਜੀ ਉਹਨਾਂ ਦੇ ਵਿੱਚ ਨਾ ਜਿਵੇਂ ਮਿਲੀਸ਼ੀਰੀ ਕੰਮ ਚੱਲਦਾ ਮਤਲਬ ਕਿ ਜੇ ਨਾ 5 ਗ੍ਰਾਮ ਵੀ ਵੇਚੇ ਉਹ ਕੋਈ ਟੀਕਾ ਲਾਉਣ ਵਾਲਾ ਤਾਂ 50-50 ਰੁਪਏ ਦਾ ਵੀ ਲੈ ਚੜਦੇ ਮਤਲਬ ਕਿ ਚਲੋ 5 ਗ੍ਰਾਮ ਵੀ ਬੰਦੇ ਨੂੰ ਵੇਚ ਸਕਦਾ ਹੋ ਜੀ ਫੇਰ 5 ਗ੍ਰਾਮ ਲਿਆ ਕੇ ਫੇਰ ਉਹ 20 ਨੂੰ ਵੇਚ ਸਕਦਾ ਜੀ ਉਹ ਦਿਨ 'ਚ 20 ਗ੍ਰਾਮ 25 ਗ੍ਰਾਮ ਐਂ ਕੱਢ ਜੂਗਾ ਤੇ ਜੇ ਅਸੀਂ ਇਸ ਤਰ੍ਹਾਂ ਬਿਲਕੁਲ ਇਹਨਾਂ ਦੀ ਗੱਲ درست ਤੇ ਦੂਜੀ ਗੱਲ ਆ ਕਿ ਜਿਹੜਾ ਮਾਮਲਾ ਦੁਬਾਰਾ ਆਉਂਦਾ ਹੈ ਕੋਰਟ ਦੇ ਸਾਹਮਣੇ ਕੋਈ ਫੇਰ ਲਾਈਟ ਰਿਕਵਰੀ 'ਚ ਫੜਿਆ ਜਾਂਦਾ ਜੀ ਨਾਨ ਕਮਰਸ਼ੀਅਲ ਰਿਕਵਰੀ ਚ ਤਾਂ ਉਹਦੇ ਤੇ ਵੀ ਸਖਤੀ ਹੋਣੀ ਚਾਹੀਦੀ ਹੈ ਕਿ ਤੂੰ ਤੇ ਪਖੰਡੀ ਬਣਿਆ ਜੀ ਪਖੰਡੀ ਬਣਾਇਆ ਨਾ ਹਾਂਜੀ ਹਾਂਜੀ ਇਦਾਂ ਹੀ ਉੱਪਰ ਇੱਕ ਸੰਦੀਪ ਜੀ ਉਹ ਕਰਿਆ ਕਿ ਕਿ ਸਾਡੇ ਪਿੰਡ ਦੇ ਵਿੱਚ ਇਦਾਂ ਹੀ ਮਿੰਟੂ ਜੀ 20 20 ਕੇਸ ਚੱਲਦੇ ਆ ਕਿ ਉਹ ਬਾਹਰ ਆ ਜਾਂਦੇ ਉਹ ਕਹਿੰਨੇ ਕਿ ਸਾਨੂੰ ਹਫ਼ਤਾ ਲੱਗਣਾ ਆ ਜਾਗੇ ਬਸ ਕੋਈ ਇਸ ਤਰ੍ਹਾਂ ਹੀ ਕਰਦੇ ਆ ਨਾ ਕਿਉਂਕਿ ਹੁਣ ਅੱਜ ਕੱਲੋ ਉਹ ਕੰਮ ਗਿਆ ਪੁਲਿਸ ਆਫ ਦੇ ਕੋਲ ਉਹ ਸਮਾਨ ਪਾਉਣ ਤੋਂ ਡਰਦੀ ਆ ਕਿਉਂਕਿ ਉਹਨਾਂ ਨੇ ਆਪਣੀ ਖਲ ਬਚਾਉਣੀ ਹੁੰਦੀ ਆ ਜੀ ਤੇ ਇਹਦਾ ਫਾਇਦਾ ਜਿਹੜੇ ਆ ਬਿਲਕੁਲ ਇਹ ਤਸਕਰ ਜਿਹੜੇ ਆਪਣੇ ਪਿੰਡਾਂ ਚ ਵੇਚਦੇ ਆ ਵੱਡੇ ਤਾਂ ਦੇਖੋ ਉਹ ਤਾਂ ਉਹਨਾਂ ਦਾ ਸਾਬਕਾ ਤੱਕ ਕਿਲੋਂ ਵਾਲ ਆਈ ਆ ਜੀ ਭਾਈ ਆ ਕਿਲੋ ਕਿਲੋ ਜਿਹੜੇ ੇਠਾਂ ਆ ਕੇ ਤੁਸੀਂ ਪਿੰਡ 'ਚ ਦੇਖਦੇ ਹੋ ਜਾਂ ਗਲੀ 'ਚ ਦੇਖਦੇ ਹੋ ਉਹ ਇਸ ਤਰ੍ਹਾਂ ਹੀ ਕਰਦੇ 20 25 ਗ੍ਰਾਮ ਚੁੱਕ ਲਿਆ ਉਹਨੂੰ ਵੇਚ ਲਿਆ ਫੇਰ ਚੁੱਕ ਲਿਆ ਫੇਰ ਵੇਚ ਲਿਆ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਆ ਜੀ ਹਾਂਜੀ ਹਾਂਜੀ ਆ ਇਹਦੇ ਨਾਲ ਉੱਪਰ ਇੱਕ ਵੀਰ ਸੀਗੇ ਉਹ ਕਹਰੇ ਸੀਗੇ ਕਿ ਜੱਜਾਂ ਦੀ ਵੀ ਗਿਣਤੀ ਵਧਾਉਣੀ ਚਾਹੀਦੀ ਹੈ ਰਿਕਰੂਟਮੈਂਟ ਕਰਕੇ ਕਿਉਂਕਿ ਪੈਂਡੈਂਸੀ ਬਹੁਤ ਜ਼ਿਆਦਾ ਇਹਦੇ ਕਰਕੇ ਵੀ ਚੱਕਰ ਪੈਂਦਾ ਹੈਗਾ ਨਹੀਂ ਇਹਦੇ 'ਚ ਇੱਕ ਚੀਜ਼ ਹੋ ਰਿਹਾ ਜੀ ਇਹ ਬੜਾ ਇੱਕ ਪੰਗਾ ਹੈ ਇੱਕ ਵਾਰੀ ਠਾਕੁਰ ਸਾਹਿਬ ਹੁੰਦੇ ਸਨ ਚੀਫ ਜਸਟਿਸ ਉਹ ਰੋਪੈ ਸਨ ਜੀ ਜੱਜਾਂ ਦੀ ਗਾਥਾ ਆਪਣੀ ਗੱਥਾ ਹੈ ਜੀ ਉਹ ਰੋਪੈ ਸਨ ਜੱਜਾਂ ਦਾ ਦੁਖੜਾ ਸੁਣਾਉਂਦੇ ਸੁਣਾਉਂਦੇ ਇੱਕ ਪਬਲਿਕ ਪ੍ਰੋਗਰਾਮ ਦੇ ਵਿੱਚ ਜੀ ਹੁਣ ਰੌਲਾ ਕੀ ਹੈ ਕਿ ਜਿੱਦਾਂ ਆਪਣੀਆਂ ਇੱਥੋਂ ਦੀਆਂ ਅਦਾਲਤਾਂ ਨੇ ਇੱਥੋਂ ਦੀ ਭਰਤੀ ਕਿੰਨ ਕਰਨੀ ਆ ਆਪਣੀ ਸਰਕਾਰ ਨੇ ਹਾਂਜੀ ਤਨਖਾਹ ਵਗੈਰਾ ਇਹਨਾਂ ਨੇ ਦੇਣੀ ਆ ਕੁਝ ਭਰਤੀ ਕਰਨੀ ਆ ਕੇਂਦਰ ਨੇ ਕੇਂਦਰ ਨੇ ਇਹ ਦੋਵਾਂ ਦਾ ਵਿੱਚ ਵਿਚਾਰ ਵਾਲਾ ਮਸਲਾ ਹੈ ਜੀ ਉਹ ਕਹਿੰਦੇ ਆ ਕਿ ਸਾਨੂੰ ਕੀ ਉਹ ਕਹਿੰਦੇ ਸਾਨੂੰ ਕਿ ਮਸਲਾ ਇੱਥੇ ਰੁਲ ਜਾਂਦਾ ਆ ਕਿ ਤੇ ਇੱਕ ਪੰਜਾਬ ਸਰਕਾਰ ਨੇ ਜੇ ਕਰਨਾ ਤਾਂ ਘਟੂ ਘਟ ਐਂਡੀਪੀਐਸ ਕੋਰਟਾਂ ਜਿਹੜੀਆਂ ਨੇ ਅਲੱਗ ਕਰ ਦੇਣੀਆਂ ਚਾਹੀਦੀ ਬਿਲਕੁਲ ਜਿੱਥੇ ਇੱਕ ਜ਼ਿਲ੍ਹੇ ਦੇ ਵਿੱਚ ਸਿਰਫ ਐਂਡੀਪੀਐਸ ਦੇ ਹੀ ਮਾਮਲੇ ਸੁਣੇ ਜਾਣ ਜੱਜ ਵੀ ਥੋੜੇ ਹੌਲੇ ਹੋ ਜਾਣਗੇ ਕੰਮ ਕਰ ਪੱਖੋਂ ਤੇ ਜਿਹੜੇ ਪੁਲਿਸ ਵਾਲੇ ਉਹ ਵੀ ਬੜੇ ਫਾਸਟ ਤਰੀਕੇ ਦੇ ਨਾਲ ਆਪਣੀਆਂ ਗਵਾਹੀਆਂ ਦਰਜ ਕਰਵਾ ਪਾਉਣਗੇ ਜੀ 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 ਹਾਈ ਕੋਰਟ ਨੂੰ ਇਹ ਵੀ ਮੈਨੂੰ ਤਾਂ ਲੱਗਦਾ ਕਿ ਆਰਡਰ ਪਾਸ ਕਰ ਦੇਣਾ ਚਾਹੀਦਾ ਹੈ ਕਿ ਭਾਈ ਤੁਸੀਂ ਅਦਾਲਤਾਂ ਦਾ ਗਠਨ ਕਰ ਲਓ ਅੱਡ ਜੀ ਜੱਜਾਂ ਦੀ ਗਿਣਤੀ ਬਤਾਓ ਜੀ 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 ਹਾਂਜੀ ਮਨਜੀਤ ਜੀ ਕੋਈ ਗੱਲ ਨਹੀਂ ਦੀ ਕਲਿੱਪ ਵੱਖਰੀ ਕੱਟ ਕੇ ਪਾਰਾਂਗੇ ਪੁਲਿਸ ਧਾਰਾਂ ਵਾਲੀ ਕੋਈ ਗੱਲ ਨਹੀਂ ਹੈ ਤੇ ਇਹਦੇ ਨਾਲ ਮੈਂ ਅੱਗੇ ਨੂੰ ਚੱਲ ਪੈਣਾ ਜੀ ਇਧਰੋਂ ਵਿਨੇ ਮੋਂਗਾ ਜੀ ਉਹ ਕਹਿੰਨੇ ਜੀ ਮੈਂ ਪਿੰਡ ਸ਼ਾਟ ਕਿ ਲੁਧਿਆਣੇ ਆਇਆ ਸੀ ਇੱਥੇ ਵੀ ਉਹ ਹਾਲੀਆ ਕਹਿੰਨੇ ਕਿ ਨਸ਼ੇ ਪੱਤੇ ਦਾ ਤੇ ਸਾਰੇ ਪਾਸੇ ਵੈਸੇ ਹਾਲ ਇਦਾਂ ਦੇ ਹੀ ਆ ਨਹੀਂ ਜਦੋਂ ਹੁਣ ਜੰਗਲ ਸਾਰੇ ਨੂੰ ਅੱਗ ਲੱਗੀ ਆ ਤਾਂ ਕਿਹੜੇ ਰੁੱਖ ਦਾ ਆਸਰਾ ਲਾਉਂਗੇ ਜਾ ਕੇ ਜੀ 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 ਸੇਕ ਤੇ ਹਰ ਪਾਸੇ ਹੀ ਆ ਨਾ ਹਾਂਜੀ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਜੀ ਕਈ ਵਾਰ ਤੁਸੀਂ ਸੁੱਤੇ ਹੋਨੇ ਹੋਣ ਜਿੱਦਾਂ ਆਪਾਂ ਮਾਨਸਬ ਆਪਣੀ ਲਾਈਫ ਹੈ ਆਪਾਂ ਸਵੇਰੇ ਤੜਕੇ ਨਿਕਲੋਨੇ ਕਰੋਂ ਜੀ ਸ਼ਾਮ ਨੂੰ ਸੌਣ ਹੀ ਜਾਂਦੇ ਆ ਜੀ ਸਾਡੀ ਕੰਡ ਪਿੱਛੇ ਸਾਡਾ ਬੱਚਾ ਜਾਂ ਸਾਡਾ ਭੈਣ ਭਰਾ ਕੀ ਕਰਦਾ ਫਿਰਦਾ ਉਹ ਜਦੋਂ ਜਾਂ ਤਾਂ ਫੜਿਆ ਜਾਏਗਾ ਜੀ ਜਾਂ ਮਤਲਬ ਕਿ ਕਿਸੇ ਕੰਮ ਚ ਉਲਝ ਜਾਏਗਾ ਕੋਈ ਲੰਭ ਆਏਗਾ ਤਾਦਾ ਪੜ ਨੂੰ ਪਤਾ ਲੱਗਣਾ ਉਹ ਕੀ ਪਤਾ ਕਿੰਨੀ ਦੇਰ ਤਾ ਇਸ ਚੀਜ਼ ਦੇ ਵਿੱਚ ਪੈ ਗਿਆ ਹਾਂਜੀ ਇਹ ਸਮਝ ਨਹੀਂ ਆਉਂਦੀ ਬੰਦੇ ਨੂੰ ਉਦੋਂ ਪਤਾ ਲੱਗਦਾ ਜਦੋਂ ਉਹਦੀ ਪਕੜ ਤੋਂ ਚੀਜ਼ਾਂ ਬਾਹਰ ਹੋ ਚੁੱਕੀਆਂ ਹੁੰਦੀਆਂ ਨੇ ਇਹ ਇਹਦਾ ਮਰਨਾ ਹੀ ਇਹ ਆ ਮਰਨਾ ਹੀ ਇਹ ਇਹ ਜਿਹੜਾ ਜ਼ਹਿਰ ਹੈ ਨਾ ਇਹਦਾ ਮਰਨਾ ਹੀ ਇਹ ਆ ਕਿ ਜਦ ਨੂੰ ਪਤਾ ਲੱਗਦਾ ਹੈ ਨਾ ਕਈ ਵਾਰ ਤਾਂ ਫਿਰ ਹਾਲਾਤ ਇੰਨੇ ਬਦਤਰ ਹੋ ਚੁੱਕੇ ਹੁੰਦੇ ਆ ਬਦਤਰੀਨ ਹੋ ਚੁੱਕੇ ਹੁੰਦੇ ਆ ਕਿ ਮਾਪੇ ਬੱਚੇ ਨਾਲ ਆਪ ਹੀ ਕੰਪਰੋਮਾਈਜ਼ ਕਰ ਲੈਂਦੇ ਕਿ ਫੀਮ ਖਾਲਾ ਹਾਂਜੀ ਭੁੱਕੀ ਖਾਲਾ ਹਾਂ ਕਿਸੇ ਹੋਰ ਤੇ ਛਕੜ ਇੱਥੋਂ ਤੱਕ ਕਹਿ ਦਿੰਦੇ ਕਿ ਟੀਕਾ ਨਾ ਲਾ ਪੰਨੀ ਤੇ ਲਾ ਲਾ ਵੀ ਘਟੋ ਘਟ ਮਰੇਗਾ ਤਾਂ ਨਾ ਸਾਡੇ ਤੋਂ ਪੈਸੇ ਲੈ ਲੈ ਜਿਹੜਾ ਹੋਏ ਵਾਲਾ ਹਾਂ ਜੀ ਅਗਲਾ ਕਹਿੰਦਾ ਸਾੜ ਕੇ ਪੀਲਾ ਯਾਰ ਟੀਕਾ ਨਾਲ ਆਬ ਉਹ ਤਾਂ ਪੀੜਤੀ ਉਹ ਤਾਂ ਦੁੱਖ ਦਾ ਜਾਣਦਾ ਆਪਾਂ ਉਹੀ ਮੈਂ ਕਹਿ ਰਿਹਾ ਕਿ ਉਹ ਜਦ ਨੂੰ ਪਤਾ ਲੱਗਦਾ ਤਦ ਨੂੰ ਉਹ ਜਿਹੜੀ ਕਹਾਣੀ ਹੈ ਨਾ ਬਹੁਤ ਖਰਾਬ ਹੋ ਚੁੱਕੀ ਹੁੰਦੀ ਹੈ ਮਾਨਸਰਾ ਤੇ ਕਹਾਣੀ ਮੈਂ ਇਸ ਵੇਲੇ ਜੋ ਦੇਖਦਾ ਕਿਉਂਕਿ ਆਪਾਂ ਪਿੰਡਾਂ 'ਚ ਰਹਿਣ ਵਾਲੇ ਕਹਾਣੀ ਵਾਕਿਆ ਬਹੁਤ ਖਰਾਬ ਆ ਜੀ ਹੁਣ ਅੱਗੇ ਮੇਰਾ ਕਮੇਟੀਆਂ ਪ੍ਰਤੀ ਵੀ ਨਜ਼ਰੀਆ ਇੱਕ ਵੱਖਰਾ ਸੀਗਾ ਕਿ ਯਾਰ ਪੁਲ ਸਿੰਘ ਦਾ ਕੰਮ ਜਮਾ ਹੁਣ ਕਦੇ-ਕਦੇ ਲੱਗਦਾ ਕਿ ਯਾਰ ਸਾਡੇ ਕੋਲ ਆਪਸ਼ਨ ਕੀ ਆ ਕਿ ਘੱਟੋ-ਘੱਟ ਇਦਾਂ ਸਰਕਾਰ ਤੇ ਇੱਕ ਪ੍ਰੈਸ਼ਰ ਤਾਂ ਪਊਗਾ ਨਾ ਕਦਮ ਤਾਂ ਚੁੱਕੇ ਜਾਣਗੇ ਨਾ ਹਾਈ ਕੋਰਟ ਨੇ ਅੱਜ ਟਿੱਪਣੀਆਂ ਕੀਤੀਆਂ ਘੱਟੋ-ਘੱਟ ਇੱਕ ਪ੍ਰੈਸ਼ਰ ਤਾਂ ਪਿਆ ਇਹਨਾਂ ਤੇ ਜੀ ਤੇ ਉਹਦੇ ਨਾਲ ਇੱਕ ਸਮੱਸਿਆ ਵੱਲ ਧਿਆਨ ਤਾਂ ਜਾਊਗਾ ਨਾ ਪਬਲਿਕ ਦਾ ਹਾਂਜੀ ਕਿ ਸਮੱਸਿਆ ਹੈ ਕਿੱਥੇ ਸਾਡੀ ਬੇਸਿਕ ਪੱਤਰਕਾਰਤਾ ਦੀ ਵੀ ਇੱਕ ਸਮੱਸਿਆ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਦੂਸਰੇ ਪਾਸੇ ਤੋਂ ਨਹੀਂ ਦਿਖਾਉਂਦੇ ਜੀ ਅੱਜ ਸਾਡੇ ਕੋਲ ਮੌਕਾ ਹੈ ਕਿ ਅਸੀਂ ਦੂਸਰਾ ਪੱਖ ਦਿਖਾਈਏ ਜੀ ਦੂਸਰਾ ਪੱਖ ਦਿਖਾਈਏ ਕਿ ਇਹ ਤੇਜ਼ੀ ਕਿਉਂ ਨਹੀਂ ਆ ਰਹੀ ਤੇ ਤੇਜੀ ਕਿਵੇਂ ਆਉਣੀ ਆ ਹੱਲ ਵੀ ਦੱਸੋ ਨਾ ਯਾਰ ਸਰਕਾਰ ਜਿਹੜੀ ਆ ਸੀ ਜੇ ਉਹਨੂੰ ਆਈਡੀਆਸ ਦੇਵਾਂਗੇ ਤੇ ਤਦੇ ਹੀ ਕੋਈ ਨੀਤੀ ਘੜੂਗੀ ਨਾ ਗਾਂ ਜਾ ਕੇ ਜੇ ਅਸੀਂ ਹੇਠਲੇ ਪੱਧਰ ਤੇ ਜੋ ਸਮੱਸਿਆ ਹੈ ਚਾਹੇ ਉਹ ਮਹਿਕਮੇ ਦੀ ਆ ਚਾਹੇ ਸਮਾਜ ਦੀ ਆ ਜੇ ਅਸੀਂ ਉਹਨੂੰ ਲੈ ਕੇ ਅੱਗੇ ਜਾਵਾਂਗੇ ਉਹਨਾਂ ਦੇ ਮੰਚ ਤੱਕ ਠੀਕ ਆ ਆਲੋਚਨਾ ਆਪਣੀ ਥਾਂ ਤੇ ਹੁੰਦੀ ਆ ਪਰ ਜੇ ਅਸੀਂ ਸਹੀ ਤਰੀਕੇ ਨਾਲ ਕਿਸੇ ਸਮੱਸਿਆ ਨੂੰ ਪੇਸ਼ ਕਰਾਂਗੇ ਤਦੇ ਹੀ ਕੋਈ ਗੱਲ ਬਣੇਗੀ ਨਾ ਜੀ ਅਸੀਂ ਵੀ ਬਹੁਤ ਕਹਿ ਲੋ ਕਿ ਅਵੇ ਇਸਲੇ ਜੇ ਹੋ ਜਾਂਦੇ ਆ ਕਈ ਵਾਰ ਜੀ 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 ਤਦ ਰੋ ਹਣੀ ਜੀ ਔਕਰੇ ਬਿਲਕੁਲ ਮਿੰਟੂ ਜੀ ਤੁਹਾਡੀ ਗੱਲ ਸਹੀ ਆ ਇਹ ਅਦਾਲਤ ਅਦਾਲਤਾਂ ਅਲੱਗ ਬਣਣੀਆਂ ਚਾਹੀਦੀਆਂ ਨੇ ਤੇ ਫਿਰ ਫਾਸਟ ਟਰੈਕ ਰਾਹੀਂ ਕੰਮ ਨਿਬੜੂਗਾ ਜਲਦੀ ਬਾਂਸਲੇ ਹਾਂ ਜੀ ਬਿਲਕੁਲ ਇਹ ਹੋਣਾ ਚਾਹੀਦਾ ਹੈ ਹਾਂਜੀ ਹਾਂਜੀ ਇਧਰ ਉਹ ਗੈਰੀ ਜੀ ਆ ਇਹ ਕੈਨੇਡਾ ਤੋਂ ਜੁੜੇ ਨੇ ਇਹ ਕਹਿੰਦੇ ਮਿੰਟੂ ਜੀ ਗੱਲ ਤੁਹਾਡੀ ਠੀਕ ਹੈ ਬਿਲਕੁਲ ਤੇ ਸਟੋਰੀ ਮੇਰੇ ਨਾਲ ਦੇ ਨਾਲ ਵੀ ਇਦਾਂ ਹੀ ਹੋਇਆ ਜੀ ਕਹਿੰਦੇ ਕਿ ਉਹ ਵੀ ਸੇਮ ਹੀ ਗੱਲ ਬਣੀ ਸੀ ਉਹਨਾਂ ਦੇ ਨਾਲ ਕਿਨੇ ਕਿਹਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਪਤਾ ਹੀ ਨਹੀਂ ਲੱਗਦਾ ਹਾਂ ਪਤਾ ਨਹੀਂ ਲੱਗਦਾ ਬਾਅਦ ਚ ਪਤਾ ਲੱਗਦਾ ਇਹ ਇਹ ਪ੍ਰੈਕਟੀਕਲ ਐ ਸੋ ਜੀ ਇਹ ਪ੍ਰੈਕਟੀਕਲ ਹੈ ਪਤਾ ਹੀ ਨਹੀਂ ਮੈਂ ਕਿਹੜਾ ਆਪਣੇ ਮਾਪੇ ਨੂੰ ਪਤਾ ਲੱਗਣ ਦਿੱਤਾ ਛੇਤੀ ਕੀਤੇ ਆ ਮੈਂ ਤਾਂ ਸ਼ਹਿਰ ਆਉਂਦਾ ਸੀ ਉਦੋਂ ਤੇ ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਸ਼ਹਿਰ ਗਿਆ ਬੱਚਾ ਕਿੱਥੇ ਫਿਰਦਾ ਅੱਜ ਕੱਲ ਤੇ ਤੁਹਾਨੂੰ ਪਤਾ ਹੈ ਜੀਪੀਐਸ ਸਿਸਟਮ ਹੈ ਲੋਕੇਸ਼ਨਾਂ ਨੇ ਮੋਬਾਈਲ ਤੇ ਵੀਡੀਓ ਕਾਲਿਆ ਅਸੀਂ ਤੇ ਕਈ ਵਾਰ ਦੋ ਦੋ ਮਹੀਨੇ ਘਰੇ ਨਹੀਂ ਸੀ ਮੁੜਦੇ ਹਾਂਜੀ ਤੇ ਜਦੋਂ ਮੁੜੇ ਉਦੋਂ ਪੱਕੇ ਹੀ ਘਰੋਂ ਨਿਕਲ ਚੁੱਕੇ ਸੀਗੇ ਜੀ ਮਤਲਬ ਕਾਦਾ ਮੁੜੇ ਉਦੋਂ ਤੇ ਪੱਕੇ ਹੀ ਨਿਕਲ ਚੁੱਕੇ ਸੀਗੇ ਸੋ ਇਹ ਇਹ ਚੀਜ਼ਾਂ ਜਿਹੜੀਆਂ ਨੇ ਪ੍ਰੈਕਟੀਕਲ ਨੇ ਮੈਂ ਅੱਜ ਵੀ ਦੇਖਦਾ ਅੱਜ ਸਮਾਂ ਦੀ ਉਹਦੋਂ ਨਾਲ ਦੌਰ ਭਿਆਨਕ ਹੈ ਮੈਂ ਤੇ ਹੱਥੀ ਜੋੜਦਾ ਜੀ ਬੱਚੋ ਪਹਿਲੀ ਗੱਲ ਆਪ ਹੀ ਬੱਚੋ ਤੇ ਦੂਜੀ ਗੱਲ ਇਹ ਆ ਕਿ ਜੋ ਸਰਕਾਰ ਕਰ ਸਕਦੀ ਆ ਐਟ ਲੀਸਟ ਉਹ ਕਰਨਾ ਚਾਹੀਦਾ ਬਾਕੀ ਹੁਣ ਕਈ ਚੀਜ਼ਾਂ ਤੇ ਆਪਣਾ ਜ਼ੋਰ ਵੀ ਨਹੀਂ ਹੁੰਦਾ ਜੀ 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 ਇਧਰੋਂ ਗੁਲਰੇਜ ਜੀ ਇਹ ਕਰੇ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਕਹਿੰਦੇ ਪਰ ਜਿਹੜੀ ਚੀਜ਼ ਦੇ ਵਿੱਚ ਪੈਸਾ ਕਿ ਵੜ ਜਾਂਦਾ ਨਾ ਉਹਨੂੰ ਖਤਮ ਕਰਨ ਔਖਾ ਹੋ ਜਾਂਦਾ ਔਖਾ ਔਖਾ ਬਿਲਕੁਲ ਤੁਹਾਡੀ ਗੱਲ درست ਹੈ ਮੈਂ ਇਸ ਗੱਲ ਦੇ ਨਾਲ ਛਤ ਪ੍ਰਤੀਸ਼ਤ 100 ਫੀਸਦ ਸਹਿਮਤ ਹਾਂ ਪਰ ਤੁਸੀਂ ਇਹ ਵੀ ਤਾਂ ਵੇਖੋ ਨਾ ਕਿ ਥੋੜੀ ਸਖਤੀ ਹੋਈ ਸੀ ਨੀਤੀਗਤ ਤਰੀਕੇ ਨਾਲ ਤਾਂ ਜਿਹੜਾ ਸ਼ਰਿਆਮ ਮੈਡੀਕਲ ਬਾਜ਼ਾਰ ਖੁੱਲਾ ਸੀ ਨਸ਼ੇ ਦਾ ਉਹ 2007-8 ਤੱਕ ਆਉਂਦਿਆ ਪੰਜਾਬ ਚੋਂ ਬੰਦ ਹੋ ਗਿਆ ਸੀ ਇੱਕ ਵਾਰੀ ਨਹੀਂ ਤਾਂ ਬੂਰੀਆਂ ਭਰ-ਭਰ ਕੇ ਇੱਕ ਦੁਕਾਨ ਤੋਂ ਸ਼ਰਿਆਮ ਸ਼ੀਸ਼ੀਆਂ ਵਿਕਦੀਆਂ ਹੁੰਦੀਆਂ ਸੀਗੀਆਂ ਤੇ ਕੈਂਪਰ ਰੱਖਿਆ ਹੁੰਦਾ ਸੀ ਪਾਣੀ ਵਾਲਾ ਗਲਾਸ ਇੱਕ ਲੱਗ ਰੱਖਿਆ ਹੁੰਦਾ ਸੀਗਾ ਯਾਨੀ ਜਿਸ ਤਰ੍ਹਾਂ ਤੁਸੀਂ ਕੋਲਡ ਡਰਿੰਕ ਪੀਂਦੇ ਹੋ ਇਸ ਤਰ੍ਹਾਂ ਜਨਤਾ ਪੀਂਦੀ ਸੀ ਜਾ ਕੇ ਇਹੋ ਚੀਜ਼ਾਂ ਖਤਮ ਹੋ ਸਕਦੀਆਂ ਉਮੀਦ ਸਾਨੂੰ ਇੱਥੇ ਵੀ ਰੱਖਣੀ ਚਾਹੀਦੀ ਆ ਹਾਂਜੀ ਠੀਕ ਹੈ ਨਾ ਨੀਤੀਗਤ ਤਰੀਕੇ ਹੁੰਦੇ ਨੇ ਇਹ ਜੀ ਹਾਂ ਇਹ ਆ ਕਿ ਕੋਈ ਹੋਰ ਲੱਭ ਲੈਣਗੇ ਉਹ ਰਸਤਾ ਟੋਟਲੀ ਤਾਂ ਕੋਈ ਵੀ ਚੀਜ਼ ਜਿਹੜੀ ਆ ਸਮਾਜ ਚ ਅੱਜ ਦੀ ਤਰੀਕ ਚ ਮਕਾਉਣੀ ਔਖੀ ਆ ਮੈਂ ਇਸ ਚੀਜ਼ ਨਾਲ ਸਹਿਮਤ ਆ ਪਰ ਸਾਨੂੰ ਮਤਲਬ ਜੋ ਯਤਨ ਕਰਨੇ ਚਾਹੀਦੇ ਉਹ ਤਾਂ ਕਰ ਲੈਣੇ ਚਾਹੀਦੇ ਆ ਟੋਟਲੀ ਤਾਂ ਨਹੀਂ ਜੇ ਆਪਾਂ 50% ਵੀ ਅਸਰ ਪਾ ਦਿੰਨੇ ਕਿਸੇ ਚੀਜ਼ ਤੇ ਤਾ ਜ਼ਿੰਦਗੀਆਂ ਕਿੰਨੀਆਂ ਬਚਣਗੀਆਂ ਜ਼ਿੰਦਗੀਆਂ ਕਿੰਨੀਆਂ ਬਚਣਗੀਆਂ ਤੇ ਕਿੰਨੇ ਘਰਾਂ 'ਚ ਆਰਾਮ ਆਊਗਾ ਸਕੂਨ ਆਊਗਾ ਨੀਂਦਰਾਮ ਜੀ ਜਿਹਦੇ ਘਰੇ ਵੜ ਗਏ ਨੇ ਨੀਂਦਰਾਮ ਜੀ 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 ਜੀ